ਕਿ ਬੀਤੇ ਦਿਨ ਦੇ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਦੌਰਾ ਸੀ ਉਹਨਾਂ ਦੀ तमाम ਲੀਡਰਸ਼ਿਪ ਜਿਹੜੀ ਸੀ ਅਮਦੀ ਪਾਰਟੀ ਦੀ ਪੰਜਾਬ ਦੀ ਉਹ ਨਾਲ ਸੀ ਉਹਨਾਂ ਦੇ ਤੇ ਉਹਨਾਂ ਦੇ ਨਾਲ ਦਿੱਲੀ ਕਾਈ ਦੇ ਵੀ ਅਮਦੀ ਪਾਰਟੀ ਦੀ ਜੋ ਲੀਡਰਸ਼ਿਪ ਸੀ ਉਹ ਵੀ ਨਾਲ ਸੀ ਤੇ ਲੇਕਿਨ ਬੀਤੇ ਦਿਨ ਦੇ ਜੋ ਦੌਰੇ ਸਨ ਉਹ ਸਾਰਿਆਂ ਨੂੰ ਪਤਾ ਹੈ ਕਿ ਉਹਨਾਂ ਨੇ ਵਕ ਵਕ ਸਕੂਲਾਂ ਦੇ ਵਿਜ਼ਿਟ ਕੀਤਾ ਤੇ ਮੁਹੱਲਾ ਕਲੀਨਿਕ ਤੇ ਵਿਜ਼ਿਟ ਕੀਤਾ ਤੇ ਉਸ ਤੋਂ ਬਾਅਦ ਹੁਣ ਉਹੀ ਮਾਡਲ ਪੰਜਾਬ ਦੇ ਵਿੱਚ ਕਿਦਾਂ ਲੈ ਕੇ ਜਾਣਾ ਇਸ ਨੂੰ ਲੈ ਕੇ ਮੰਥਨ ਹੋਏਗਾ ਯਾਨੀ ਕਿ ਅੱਜ ਅੱਜ ਇੱਕ ਮੀਟਿੰਗ ਰੱਖੀ ਗਈ ਹੈ ਜੋ ਸਾਨੂੰ ਖਬਰਾਂ ਮਿਲ ਰਹੀਆਂ ਨੇ ਇੱਕ ਮੀਟਿੰਗ ਰੱਖੀ ਗਈ ਹੈ ਜਿਸ ਦੇ ਵਿੱਚ ਦਿੱਲੀ ਕਾਈ ਦੀ ਆਮ ਆਦੀ ਪਾਰਟੀ ਦੀ ਲੀਡਰਸ਼ਿਪ ਹੋएगी ਤੇ ਪੰਜਾਬ ਦੇ ਜਿੰਨੇ ਵੀ ਮੌਜੂਦ ਨੇ ਬੀਤੇ ਦਿਨ ਤੋਂ ਉਹ ਉਸ ਦੇ ਉਸ ਦੇ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਤਾਂ ਕਿ ਤਨੇ ਕਿਤੇ ਤਾਲਮਿਲ ਬਣਾ ਕੇ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਦੁਆਰਾ ਜੋ ਦਿੱਲੀ ਦੇ ਵਿੱਚ ਕੀਤਾ ਗਿਆ ਉਹ ਕਿਵੇਂ ਪੰਜਾਬ ਦੇ ਵਿੱਚ ਲਾਗੂ ਕਰਨਾ ਉਸ ਨੂੰ ਲੈ ਕੇ ਕਿਤਨੇ ਕਿਤੇ ਸਮੀਖਿਆ ਕੀਤੀ ਜਾਏਗੀ ਯਾਨੀ ਕਿ ਇੰਡੀਵਿਜੂਅਲੀ ਤੌਰ ਤੇ ਉਹਨਾਂ ਦੀ ਮੀਟਿੰਗ ਹੈ ਤੇ ਉਸ ਤੋਂ ਬਾਅਦ ਮੀਟਿੰਗ ਤੋਂ ਬਾਅਦ ਤਕਰੀਬਨ ਤਕਰੀਬਨ 12 ਵਜੇ ਦੇ ਕਰੀਬ ਪੰਜਾਬ ਦੇ ਮੁਖੰਦਰੀ ਭਗਵੰਤ ਮਾਨ ਹੋਰੀ ਇੱਕ ਪ੍ਰੈਸ ਕਾਨਫਰੈਂਸ ਕਰਨਗੇ ਜਿਸ ਦੇ ਵਿੱਚ ਤਮਾਮ ਜਿਹੜਾ ਖਰੜਾ ਉਹ ਜਾਰੀ ਕੀਤਾ ਜਾਊਗਾ ਕਿ ਅੱਗੇ ਦਾ ਅੱਗੇ ਸਾਡਾ ਪਲਾਨ ਕੀ ਹੈ ਕਿ ਕਿਸੇ ਹਿਸਾਬ ਦੇ ਨਾਲ ਜੋ ਦਿੱਲੀ ਦੇ ਨਾਲ ਤਾਲਮਿਲ ਕਰਕੇ ਅਸੀਂ ਅੱਗੇ ਪੰਜਾਬ ਦੇ ਵਿੱਚ ਕੰਮ ਜਾਰੀ ਰੱਖਣੇ ਨੇ ਤਾਂ ਉਹਨਾਂ ਸਾਰੇ ਚੀਜ਼ਾਂ ਨੂੰ ਲੈ ਕੇ ਅੱਜ ਸਭ ਤੋਂ ਪਹਿਲਾਂ ਮੀਟਿੰਗ ਦੇ ਵਿੱਚ ਸਮੀਖਿਆ ਕੀਤੀ ਜਾਊਗੀ ਦਿੱਲੀ ਦੀ ਸੀਨੀਅਰ ਲੀਡਰਸ਼ਿਪ ਦੇ ਨਾਲ ਤੇ ਉਸ ਤੋਂ ਬਾਅਦ ਪ੍ਰੈਸ ਕਾਨਫਰੈਂਸ ਕੀਤੀ ਜਾਊਗੀ 12:00 ਵਜੇ ਤਾਂ ਹੁਣ ਦੇਖਣਾ ਹੈ ਕਿ ਆਖਿਰ ਕਿਹੜਾ ਐਲਾਨ ਹੋਣ ਜਾ ਰਿਹਾ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਫਿਰ ਖਾਸ ਤੌਰ ਤੇ ਜ਼ਿਕਰ ਕਰੀਏ ਕਿ ਸਿਹਤ ਨੂੰ ਲੈ ਕੇ ਕੋਈ ਵੱਡਾ ਐਲਾਨ ਹੋ ਸਕਦਾ ਹੈ ਜਾਂ ਫਿਰ ਸਿੱਖਿਆ ਨੂੰ ਲੈ ਕੇ ਕੋ ਵੱਡਾ ਐਲਾਨ ਹੋ ਸਕਦਾ ਹੈ ਜਾਂ ਫਿਰ ਇੱਕ ਇਹ ਵੀ ਖਬਰਾਂ ਮਿਲ ਰਹੀਆਂ ਨੇ ਕਿ ਐਮਓਸੀ ਜਿਹੜੀ ਆ ਉਹ ਕਿਤਨੇ ਕਿਤੇ ਜਾਰੀ ਹੋ ਸਕਦੀ ਹੈ ਯਾਨੀ ਕਿ ਭਗਵੰਤ ਮਾਨ ਸਰਕਾਰ ਦਿੱਲੀ ਦੇ ਨਾਲ ਕਿਵੇਂ ਕੰਮ ਕਰਨ ਨੂੰ ਆਇਆ ਜਾਂ ਫਿਰ ਇੱਕ ਕਹਿ ਸਕਦੇ ਆ ਕਿ ਉਹਨਾਂ ਤੋਂ ਸਿੱਧੇ ਲੈ ਕੇ ਕੰਮ ਕਿਵੇਂ ਕੀਤਾ ਜਾ ਸਕਦਾ ਹੈ ਇਸ ਜੀ ਨੂੰ ਲੈ ਕੇ ਇੱਕ ਸਿਗਨੇਚਰ ਵੀ ਹੋ ਸਕਦੇ ਨੇ ਤਾਂ ਖਾਸ ਤੌਰ ਤੇ ਨਜ਼ਰਾਂ ਬਣੀ ਹੋਈਆਂ ਲਗਾਤਾਰ ਅਪਡੇਟ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਲੇਕਿਨ ਫਿਲਹਾਲ ਦੀ ਜਾਣਕਾਰੀ ਇਹ ਹੈ ਕਿ ਮੀਟਿੰਗ ਰੱਖੀ ਗਈ ਹੈ ਮੀਟਿੰਗ ਤੋਂ ਬਾਅਦ 12 ਵਜੇ ਦੇ ਕਰੀਬ ਭਗਵੰਤ ਮਾਨ ਹੋਰੀ ਪ੍ਰੈਸ ਕਾਨਫਰੰਸ ਕਰਨਗੇ ਬਹੁਤ ਸ਼ੁਕਰੀਆ ਗੁਰਪ੍ਰੀਤ ਜਾਣਕਾਰੀ ਦੀ ਸਾਨੂੰ ਸਟੱਡਲ ਲਾਉਣ ਦੇ ਐਮਓਯੂ ਦਾ ਜ਼ਿਕਰ ਹੋ ਰਿਹਾ ਹੈ ਕਿ ਪੰਜਾਬ ਦੀ ਸਰਕਾਰ ਰਾਜਸਥਾਨੀ ਦਿੱਲੀ ਨਾਲ ਐਮਓਯੂ ਕਰ ਰਹੀ ਹੈ ਸਮਝੌਤਾ ਕਰ ਰਹੀ ਹੈ ਇਹ ਵੀ ਚਰਚਾ ਦਾ ਵਿਸ਼ਾ ਹੈ